ਓਏ ਅਮਰ ਉਰੇ ਆ ਯਾਰ, ਗੱਲ ਸੁਣ ਜੀ ਵੱਡੇ ਵੀਰ। ਯਾਰ ਸੈਲਰੀ ਆ ਗਈ ਮੇਰੀ, ਤੇ ਮੇਰਾ ਜ਼ਿਹਨ ਯਾਰ ਖੈਰਾਤ ਕਰ ਲਈਏ। ਨਹੀਂ ਕਰ ਬੇ, ਇਕਬਾਲ ਨਾ ਇਹਨੂੰ ਬੁਲਾ ਲੈ, ਤੇ ਉਹਨਾਂ ਕੋਲ ਸਮਾਨ ਲਿਖਾ ਦੇ, ਦੇਖਦਾ ਸਮਾਨ ਲੈ ਆ, ਖੈਰਾਤ ਕਰੀਏ। ਯਾਰ ਮਹਿਸੂਸ ਨਾ ਕਰੀ, ਹਾਂ ਤਾਂ ਮੈਂ ਛੋਟਾ ਪਰ ਨਾ ਜਿਹੜਾ ਨੀ ਅੱਛੋ ਹੈਗਾ। ਹਾਂ ਯਾਰ ਉਹਦੇ ਬੇਟੇ ਨੂੰ ਹੈਗਾ ਮੋਰ ਕਾ ਬੁਖਾਰ। ਅੱਛਾ। ਉਹ ਬੜਾ ਵਿਗੜਾ ਖੜਾ। ਅੱਛਾ। ਉਹ ਗਰੀਬ ਬੰਦਾ ਹੈ ਤੈਨੂੰ ਪਤਾ ਹੈ, ਉਹਨੇ ਬੜੇ ਪੈਸੇ ਪੱਟੇ ਨੇ, ਤੇ ਐਤਕੀ ਆਪਾਂ ਖਰਾਇਤ ਨੂੰ ਰਵਣ ਦੇਨੇ ਆ, ਤੇ ਉਤਲੀ ਵਾਰੀ ਕਰ ਲੈ ਸਾਂ, ਤੇ ਐਤਕੀ ਉਹਦੀ ਮਦਦ ਕਰ ਦੇਨੇ ਆ ਆਪਾਂ। ਚਲੋ ਸਹੀ ਹੈ ਯਾਰ, ਸਹੀ ਕਹਿੰਦਾ ਯਾਰ, ਉਵੇਂ ਤੇ ਇੱਕ ਇੱਕ ਦਾਣਾ ਆਣਾ ਹੈ ਤੇ ਉਹਦੀ ਮਦਦ ਹੋ ਜਾ ਸੀ। ਹਾਂ ਠੀਕ ਹੈ, ਚਲੀਏ ਫਿਰ। ਚੱਲ ਫਿਰ ਨਹੀਂ ਜਾ। ਮੇਰੇ ਮਾਲਕਾ ਰਹਿਮ ਕਰ, ਮੈਂ ਤਾਂ ਹੁਣ ਕੋਈ ਡਾਕਟਰ ਨਹੀਂ ਛੱਡਿਆ, ਕੋਈ ਹਸਪਤਾਲ ਨਹੀਂ ਛੱਡਿਆ, ਜਿਹੜੀ ਕੋਲੇ ਜਮਾ ਪੂੰਜੀ ਆਈ ਉਹ ਵੀ ਲਾ ਬੈਠਾ। ਯਾ ਅੱਲਾ ਤੂੰ ਰਹਿਮ ਕਰ, ਮੇਰੀ ਤਾਂ ਹੁਣ ਜੇਬ ਵੀ ਵਿਹਲੀ ਹੋ ਗਈ ਹੈ, ਅਤੇ ਬੱਚੇ ਦਾ ਬੁਖਾਰ ਹਾਲੀ ਨਹੀਂ ਪਿਆ ਟੁੱਟਦਾ, ਠੇਕੇ ਦੇ ਉੱਤੇ ਬੈਠਾ, ਦਿਹਾੜੀ 'ਤੇ ਜਾਵਣ ਜੋਗਾ ਨਹੀਂ ਹੈ। ਮੇਰੇ ਮਾਲਕਾ ਕਰਮ ਕਰ, ਰਹਿਮ ਕਰ ਸਾਡੇ ਹਾਲ 'ਤੇ, ਬੱਚੇ ਨੂੰ ਛਪਾ ਦੇ। ਯਾ ਮੇਰੇ ਮੌਲਾ ਮਹਿੰਗਾਈ ਦਾ ਦੌਰ ਹੈ, ਹੁਣ ਖਰਚੇ ਤੋਂ ਵੀ ਤੰਗ ਹੋ ਗਏ ਹੈ। ਬਸ ਯਾਰ, ਨਾ ਕੋਈ ਡਾਕਟਰ ਨਹੀਂ ਛੱਡਿਆ, ਕੋਈ ਹਕੀਮ ਨਹੀਂ ਛੱਡਿਆ, ਰਿਪੋਰਟਾਂ ਕਰਾਈਆਂ ਨੇ ਤੇ ਉਹ ਲੈਬਾਰਟਰੀ ਵਾਲਿਆਂ ਦੱਸਿਆ ਵੀ ਮੋਰਕਾ ਹੈ, ਵੇਰਿਆ ਖੜਾ ਹੈ, ਹੁਣ ਹੌਲੀ ਹੌਲੀ ਲਾਸੀ। ਬਾਈ ਆ ਬੰਦਾ ਇੱਕ, ਤੁਹਾਨੂੰ ਪਤਾ, ਕਮਾਉਣ ਵਾਲਾ ਵੀ ਮੈਂ ਆ, ਖਿਆਲ ਕਰਨ ਵਾਲਾ ਵੀ ਮੈਂ ਆ, ਹੁਣ ਮੈਂ ਉਹ ਕੰਮ ਕਾਰ ਛੱਡ ਤੇ ਬਾਲ ਤੇ ਬੈਠਾ, ਮੈਨੂੰ ਦੱਸੋ ਮੈਂ ਹੁਣ ਕੀ ਕਰਾਂ। ਮੈਂ ਤਾਂ ਕੁਝ ਨਹੀਂ ਕਰਨ ਜੋਗਾ, ਬਜਾ ਬਜਾ ਮੈਂ ਕੋਈ ਥਾਰਾ ਨਹੀਂ ਛੱਡੀ। ਅੱਗੇ ਦੱਸਦਾ ਪਿਆ ਛੋਟਾ, ਮੈਂ ਆਖਾ ਚੱਲ ਮੁੜ ਚੱਲੀਏ ਉਹਦੇ ਕੋਲ, ਪਤਾ ਕਰੀਏ, ਅੱਲਾ ਬੁਰਾ ਵਕਤ ਕਿਸੇ ਤਰ੍ਹਾਂ ਨਾ ਲਿਆਵੇ ਮੀਆਂ। ਅੱਲਾ ਬਾਈ ਅੱਛੂ, ਬਾਈ ਇਹਨਾਂ ਦੀ ਕੋਈ ਲੋੜ ਨਹੀਂ, ਪਰ ਆਖ ਲੈ ਯਾਰ, ਬਾਲ ਦੇ ਇਲਾਜ ਵਾਸਤੇ ਇਵੇਂ ਨਹੀਂ ਕਰੇ। ਲੋਕੀ ਨਾ ਬੜੀਆਂ ਗੱਲਾਂ ਕਰਦੇ ਨੇ ਜੀ, ਕਿਸੇ ਨੂੰ ਪਤਾ ਲੱਗੇ ਨਾ, ਲੈ ਮੈਂ ਫਲਾਣਾ ਮੰਗਣ ਲੱਗ ਪਿਆ, ਲਓ ਜੀ ਫਲਾਣਾ ਇਹ ਕਰਨ ਲੱਗ ਪਿਆ, ਆਪਣੇ ਲੋਕੀ ਤਾਨੇ ਮੀਣੇ ਮਾਰਨੇ, ਲਓ ਜੀ ਫਲਾਣੇ ਦੇ ਹੁਣ ਹਾਲਾਤ ਨੇ, ਮੰਗਦਾ ਫਿਰਦਾ। ਮੈਂ ਬਾਈ ਇਸ ਗੱਲ ਤੋਂ ਡਰਨਾ? ਬਿਲਕੁਲ ਗੱਲ ਐਵੇਂ, ਪਰ ਲਾਪਾ ਕਿਹੜਾ ਕਿਸੇ ਨੇ ਦੱਸਣਾ, ਬਰਾਵਾਂ ਦੀ ਗੱਲ ਹੈ। ਬੜੀ ਮਿਹਰਬਾਨੀ ਬਾਈ, ਤੁਸੀਂ ਆਏ ਜੇ, ਨਹੀਂ ਤਾਂ ਹੁਣ ਤਾਂ ਕੌਣ ਕਿਸੇ ਦਾ ਪਤਾ ਲੈਂਦਾ, ਹਰ ਕੋਈ ਬਸ ਆਪਦੇ ਕੰਮਾਂ ਚ ਲੱਗਾ। ਅੱਲਾ ਕਰਮ ਕਰੇ ਤੇ ਅੱਲਾ ਤਾਲਾ ਕਬੂਲ ਕਰੇ ਤੁਹਾਡੀ ਇਹ ਨੇਕੀ।